ਕਲੱਬ ਤੋਂ ਵਾਪਸ ਆ ਰਹੇ ਇੱਕ ਫੋਰਚੂਨਰ ਸਵਾਰ ਲੜਕੇ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ। ਦੱਸ ਦਈਏ ਕਿ ਪਹਿਲਾਂ ਕਈ ਕਿਲੋਮੀਟਰ ਤੱਕ ਇਸ ਫੋਰਚੂਨਰ ਸਵਾਰ ਮੁੰਡੇ ਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਫਿਰ ਜਿਵੇਂ ਹੀ ਸੁੰਨਸਾਨ ਥਾਂ ਆਉਂਦੀ ਹੈ ਤਾਂ ਪਿੱਛੋਂ ਤੀ ਆ ਰਹੇ ਇੱਕ ਸਫੇਦ ਰੰਗ ਦੇ ਵਿੱਚ ਹਮਲਾਵਰਾਂ ਦੇ ਵੱਲੋਂ ਉਸਦੇ ਉੱਤੇ ਅੰਨਾ ਧੁੰਨ ਫਾਇਰਿੰਗ ਕਰ ਦਿੱਤੀ ਜਾਂਦੀ ਹੈ, ਜਿਸ ਦੇ ਕਾਰਨ ਦੱਸ ਦਈਏ ਕਿ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੋ ਗਿਆ। ਤਾਂ ਦੇਰ ਰਾਤ ਇਹ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇਹ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਫੋਰਚੂਨਰ ਸਵਾਰ ਕਲੱਬ ਦੇ ਵਿੱਚੋਂ ਨਿਕਲ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੱਛੇ ਅਚਾਨਕ ਹੀ ਇੱਕ ਸਫੇਦ ਰੰਗ ਦੀ ਕਾਰ ਲੱਗ ਜਾਂਦੀ ਹੈ। ਜਿਵੇਂ ਹੀ ਉਹਨਾਂ ਨੂੰ ਸੁੰਨਸਾਨ ਥਾਂ ਮਿਲਦੀ ਹੈ ਤਾਂ ਉਸ ਤੋਂ ਬਾਅਦ ਤਾਬੜ ਤੋੜ ਗੋਲੀਆਂ ਉਸ ਨੌਜਵਾਨ ਦੇ ਉੱਤੇ ਚਲਾ ਦਿੱਤੀਆਂ ਜਾਂਦੀਆਂ ਨੇ। ਗਨੀਮਤ ਰਹਿੰਦੀ ਹੈ ਕਿ ਨੌਜਵਾਨ ਦੇ ਕੋਈ ਵੀ ਗੋਲੀ ਨਹੀਂ ਲੱਗਦੀ, ਜਿਸ ਦੇ ਕਾਰਨ ਉਹ ਵਾਲ ਵਾਲ ਬਚ ਗਿਆ। ਪਰ ਲਗਾਤਾਰ ਕੀਤੀ ਫਾਇਰਿੰਗ ਦੇ ਨਾਲ ਇੱਕ ਵਾਰ ਨੌਜਵਾਨ ਵੀ ਡਰ ਗਿਆ, ਜਿਸ ਤੋਂ ਬਾਅਦ ਉਸਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਚੰਡੀਗੜ੍ਹ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਜਿਵੇਂ ਹੀ ਇਹ ਨੌਜਵਾਨ ਧਨਾਸ ਤੋਂ ਡੱਡੂ ਮਾਜਰਾ ਦੇ ਵੱਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਸੁੰਨਸਾਨ ਥਾਂ ਹੈ ਉੱਥੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ 56 ਸੈਕਟਰ ਦੇ ਵਿੱਚ ਇੱਕ ਵਿਅਕਤੀ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਅਤੇ ਉਸ ਤੋਂ ਪਹਿਲਾਂ ਉਸੀ 56 ਸੈਕਟਰ ਦੇ ਵਿੱਚ ਉਸੀ ਗਲੀ ਦੇ ਵਿੱਚ ਕਈ ਵਾਹਨਾਂ ਨੂੰ ਵੀ ਤੋੜ ਦਿੱਤਾ ਗਿਆ ਸੀ। ਤਾਂ ਲਗਾਤਾਰ 2 ਤੋਂ 3 ਦਿਨਾਂ ਦੇ ਵਿੱਚ ਇਹ ਵੱਡੀ ਵਾਰਦਾਤਾਂ ਚੰਡੀਗੜ੍ਹ ਦੇ ਵਿੱਚ ਵਾਪਰ ਰਹੀਆਂ ਨੇ। ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਚੱਪੇ ਚੱਪੇ ਦੇ ਉੱਤੇ ਪੁਲਿਸ ਵੀ ਤੈਨਾਤ ਰਹਿੰਦੀ ਹੈ, ਪਰ ਅਜਿਹੀ ਵਾਰਦਾਤਾਂ ਦਾ ਵਾਪਰ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ। ਤਾਂ ਸੁਰੱਖਿਆ ਦੇ ਮੱਦੇਨਜ਼ਰ ਦੱਸਿਆ ਜਾਵੇ ਤਾਂ ਚੰਡੀਗੜ੍ਹ ਸਭ ਤੋਂ ਸੇਫ ਮੰਨਿਆ ਜਾਂਦਾ, ਕਿਉਂਕਿ ਚੰਡੀਗੜ੍ਹ ਦੇ ਵਿੱਚ ਹਰ ਚੌਂਕ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਹੁੰਦੀ ਹੈ। ਪਰ ਅਜਿਹੇ ਦੇ ਵਿੱਚ ਰਾਤ ਨੂੰ ਅਜਿਹੀ ਖੌਫਨਾਕ ਵਾਰਦਾਤ ਦਾ ਹੋ ਜਾਣਾ, ਜਿਸ ਦੇ ਨਾਲ ਸਹਿਮ ਦਾ ਮਾਹੌਲ ਬਣਨਾ ਬਿਲਕੁਲ ਲਾਜ਼ਮੀ ਹੈ। ਕਲੱਬ ਤੋਂ ਵਾਪਸ ਆ ਰਹੇ ਇੱਕ ਫੋਰਚੂਨਰ ਸਵਾਰ ਲੜਕੇ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ। ਦੱਸ ਦਈਏ ਕਿ ਪਹਿਲਾਂ ਕਈ ਕਿਲੋਮੀਟਰ ਤੱਕ ਇਸ ਫੋਰਚੂਨਰ ਸਵਾਰ ਮੁੰਡੇ ਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਫਿਰ ਜਿਵੇਂ ਹੀ ਸੁੰਨਸਾਨ ਥਾਂ ਆਉਂਦੀ ਹੈ ਤਾਂ ਪਿੱਛੋਂ ਤੀ ਆ ਰਹੇ ਇੱਕ ਸਫੇਦ ਰੰਗ ਦੇ ਵਿੱਚ ਹਮਲਾਵਰਾਂ ਦੇ ਵੱਲੋਂ ਉਸਦੇ ਉੱਤੇ ਅੰਨਾ ਧੁੰਨ ਫਾਇਰਿੰਗ ਕਰ ਦਿੱਤੀ ਜਾਂਦੀ ਹੈ, ਜਿਸ ਦੇ ਕਾਰਨ ਦੱਸ ਦਈਏ ਕਿ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੋ ਗਿਆ। ਤਾਂ ਦੇਰ ਰਾਤ ਇਹ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇਹ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਫੋਰਚੂਨਰ ਸਵਾਰ ਕਲੱਬ ਦੇ ਵਿੱਚੋਂ ਨਿਕਲ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੱਛੇ ਅਚਾਨਕ ਹੀ ਇੱਕ ਸਫੇਦ ਰੰਗ ਦੀ ਕਾਰ ਲੱਗ ਜਾਂਦੀ ਹੈ। ਜਿਵੇਂ ਹੀ ਉਹਨਾਂ ਨੂੰ ਸੁੰਨਸਾਨ ਥਾਂ ਮਿਲਦੀ ਹੈ ਤਾਂ ਉਸ ਤੋਂ ਬਾਅਦ ਤਾਬੜ ਤੋੜ ਗੋਲੀਆਂ ਉਸ ਨੌਜਵਾਨ ਦੇ ਉੱਤੇ ਚਲਾ ਦਿੱਤੀਆਂ ਜਾਂਦੀਆਂ ਨੇ। ਗਨੀਮਤ ਰਹਿੰਦੀ ਹੈ ਕਿ ਨੌਜਵਾਨ ਦੇ ਕੋਈ ਵੀ ਗੋਲੀ ਨਹੀਂ ਲੱਗਦੀ, ਜਿਸ ਦੇ ਕਾਰਨ ਉਹ ਵਾਲ ਵਾਲ ਬਚ ਗਿਆ। ਪਰ ਲਗਾਤਾਰ ਕੀਤੀ ਫਾਇਰਿੰਗ ਦੇ ਨਾਲ ਇੱਕ ਵਾਰ ਨੌਜਵਾਨ ਵੀ ਡਰ ਗਿਆ, ਜਿਸ ਤੋਂ ਬਾਅਦ ਉਸਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਚੰਡੀਗੜ੍ਹ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਜਿਵੇਂ ਹੀ ਇਹ ਨੌਜਵਾਨ ਧਨਾਸ ਤੋਂ ਡੱਡੂ ਮਾਜਰਾ ਦੇ ਵੱਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਸੁੰਨਸਾਨ ਥਾਂ ਹੈ ਉੱਥੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ 56 ਸੈਕਟਰ ਦੇ ਵਿੱਚ ਇੱਕ ਵਿਅਕਤੀ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਅਤੇ ਉਸ ਤੋਂ ਪਹਿਲਾਂ ਉਸੀ 56 ਸੈਕਟਰ ਦੇ ਵਿੱਚ ਉਸੀ ਗਲੀ ਦੇ ਵਿੱਚ ਕਈ ਵਾਹਨਾਂ ਨੂੰ ਵੀ ਤੋੜ ਦਿੱਤਾ ਗਿਆ ਸੀ। ਤਾਂ ਲਗਾਤਾਰ 2 ਤੋਂ 3 ਦਿਨਾਂ ਦੇ ਵਿੱਚ ਇਹ ਵੱਡੀ ਵਾਰਦਾਤਾਂ ਚੰਡੀਗੜ੍ਹ ਦੇ ਵਿੱਚ ਵਾਪਰ ਰਹੀਆਂ ਨੇ। ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਚੱਪੇ ਚੱਪੇ ਦੇ ਉੱਤੇ
ਪੁਲਿਸ ਵੀ ਤੈਨਾਤ ਰਹਿੰਦੀ ਹੈ, ਪਰ ਅਜਿਹੀ ਵਾਰਦਾਤਾਂ ਦਾ ਵਾਪਰ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ। ਤਾਂ ਸੁਰੱਖਿਆ ਦੇ ਮੱਦੇਨਜ਼ਰ ਦੱਸਿਆ ਜਾਵੇ ਤਾਂ ਚੰਡੀਗੜ੍ਹ ਸਭ ਤੋਂ ਸੇਫ ਮੰਨਿਆ ਜਾਂਦਾ, ਕਿਉਂਕਿ ਚੰਡੀਗੜ੍ਹ ਦੇ ਵਿੱਚ ਹਰ ਚੌਂਕ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਹੁੰਦੀ ਹੈ। ਪਰ ਅਜਿਹੇ ਦੇ ਵਿੱਚ ਰਾਤ ਨੂੰ ਅਜਿਹੀ ਖੌਫਨਾਕ ਵਾਰਦਾਤ ਦਾ ਹੋ ਜਾਣਾ ਜਿਸ ਦੇ ਨਾਲ ਸਹਿਮ ਦਾ ਮਾਹੌਲ ਬਣਨਾ ਬਿਲਕੁਲ ਲਾਜ਼ਮੀ ਹੈ।